ਅਸਲਾਮ ਵਾਲੇਕੁਮ ਭਾਈ ਜਾਨ, ਕੀ ਹਾਲ? ਠੀਕ ਲਓ ਭਾਈ ਜਾਨ, ਮੀਆਂ ਨਜ਼ੀਰ, ਠੀਕ ਆ ਮੇਰਾ ਭਾਈ ਜਾਨ। ਨੂਰ ਦੇਖੋ, ਨੂਰ ਦੇ ਨਾਲ ਰਿੰਗ ਦੇਖੋ ਜੀ, ਸਫੇਦ ਜ਼ਮੀਨ ਦੇਖੋ, ਠੀਕ ਆ ਮੇਰਾ ਭਾਈ ਜਾਨ। ਕੈਸੇ ਅੱਲਾਹ ਪਾਕ ਨੇ ਦੇ ਜ਼ਰਾਤ ਬਣਾਏ ਨੇ, ਠੀਕ ਆ ਮੇਰਾ ਭਾਈ ਜਾਨ। ਪਿਓਰਿਟੀ ਵਿੱਚ ਲਓ ਜੀ ਮੇਰਾ ਭਾਈ, ਫੀਮੇਲ ਦਾ ਸ਼ੌਂਕ ਕਰੋ। ਅਲਹਮਦੁਲਿਲਾ, ਮੇਰੀ ਕਿਸੇ ਫੀਮੇਲ ਦਾ ਜੋੜ 'ਚ ਸੂਈ ਗੁਜ਼ਰ ਜਾਵੇ, ਜੋੜ ਦੇ ਉੱਤੇ ਫੁੱਲ ਉੱਤੇ ਨਾ ਲੱਗਾ ਹੋਵੇ ਜਿਹਨੂੰ ਉੱਤੇ ਕਹਿੰਦੇ ਨੇ, ਅਤੇ ਮੇਰਾ ਭਾਈ ਜ਼ਿੰਮੇਦਾਰੀ ਆ, ਅਤੇ ਹੱਡੀ ਜੋੜ ਦਾ ਫਾਸਲਾ ਉਂਗਲ ਤੋਂ ਥੋੜ੍ਹਾ, ਇਨਸ਼ਾਲਾ ਜਿਹੜਾ ਹੱਡੀ 'ਤੇ ਹੱਥ ਫਿਰੇਗਾ ਜੋੜ ਦੇ ਹੱਥ ਨਹੀਂ ਲੱਗੇਗਾ ਇਨਸ਼ਾਲਾ। ਗੌਰ ਕਰਿਓ ਮੇਰਾ ਭਾਈ ਜਾਨ, ਠੀਕ ਆ ਜੀ। ਦਸਵੀਂ ਅੱਠਵੀਂ ਅੱਲਾ ਦੀ ਰਹਿਮਤ ਨਾਲ ਜਿਹਦਾ ਕਟਰ ਲੱਗਾ ਹੋਏਗਾ, ਅੰਨੀਆਂ ਬਰਾਬਰ ਹੋਣਗੀਆਂ, ਸਿਰਫ ਇੱਕ ਸੂਤਰ ਕੁ ਮਸਾਂ ਬੜੀ ਹੋਏਗੀ ਇਨਸ਼ਾਲਾ। ਲਓ ਜੀ, ਦੁੰਬ ਦਾ ਸ਼ੌਂਕ ਕਰ ਲਓ ਮੇਰਾ ਭਾਈ ਜਾਨ, ਠੀਕ ਆ ਜੀ। ਉਹ ਦੁੰਬ ਦੇਖਿਓ, ਛੋਟੀ ਜਿਹੀ ਦੁੰਬ ਲੱਗੀ ਹੋਈ, ਇਹਦੀਆਂ ਮਾਸ਼ਾਲਾ ਹਾਫ ਤੋਂ ਜ਼ਿਆਦਾ ਚਿੜੀਆਂ ਉੱਪਰ ਆ ਦੁੰਬ ਦੇ, ਅਲਹਮਦੁਲਿਲਾ। ਲਓ ਜੀ ਮੇਰਾ ਭਾਈ, ਪੰਜਿਆਂ ਦਾ ਸ਼ੌਂਕ ਕਰੋ, ਖੁਸ਼ਕ ਬਰੀਕ ਕੈਸੇ ਮੇਰਾ ਭਾਈ ਪੰਜੇ ਨਾਖੁਨ ਦੇਖੋ, ਇਹਦੀਆਂ ਪਰੀਆਂ ਦੀ ਗੌਰ ਕਰੋ ਇਨਸ਼ਾਲਾ, ਦੁੰਬ ਦੇ ਨਜ਼ਦੀਕ। ਔਰ ਅਲਹਮਦੁਲਿਲਾ ਬੱਚੇ ਪਾਲਣ ਦੇ ਹੀ ਆ, ਦਸਤਾ ਸਾਥ ਦਸਵਾ ਹੋਣ ਕੀਤਾ, ਪਤਾ ਨਹੀਂ ਲੱਗਾ, ਹਜੇ ਵੀ ਨਹੀਂ ਪਤਾ ਕਿਹੜੇ ਮੇਲ ਨਾਲ ਲੱਗ ਕੇ ਮਾਸ਼ਾਅੱਲਾ ਨੇ ਬੱਚੇ ਕੱਢ ਲਏ ਹੋਏ ਨੇ, ਅਤੇ ਜੋੜ ਹਜੇ ਵੀ ਇਹਦੇ ਇੱਦਾਂ ਆ ਸੂਈ ਨਾ ਗੁਜ਼ਰੇ ਦੇ ਜੋੜਾਂ 'ਚ। ਲਓ ਜੀ ਮੇਰਾ ਭਾਈ, ਇਹ ਸਕੂਲ ਵਾਲਾ ਪੱਠਾ ਮੀਆਂ ਨਜ਼ੀਰ ਵਾਲਾ, ਠੀਕ ਆ ਮੇਰਾ ਭਾਈ ਜਾਨ, ਸ਼ੌਂਕ ਕਰ ਲਓ। ਲਓ ਜੀ, ਸ਼ੌਂਕ ਕਰੋ ਮੇਰਾ ਭਾਈ ਕੁੰਦੇ ਦਾ, ਹੁੰਦੇ ਨਾ ਬਾਹਰ ਦੇ ਪਾਰੇ ਨੇ, ਇੱਕੋ ਦਵਾ ਸੁੱਟਤੇ ਆ, ਜੇ ਕੱਢ ਰਿਹਾ ਦਸਵੀਂ ਵੀ ਹਜੇ ਕੱਢ ਲਿਆ, ਠੀਕ ਆ ਜੀ। ਇੱਕੋ ਦਫਾ ਕਲੀਚੇ ਪੈ ਗਿਆ ਸੀ, ਅਲਹਮਦੁਲਿਲਾ ਪੂਰੀ ਘਰ ਚੱਲਾ ਆ। ਲਓ ਮੇਰਾ ਭਾਈ, ਦੁੰਬ ਦਾ ਸ਼ੌਂਕ ਕਰੋ, ਠੀਕ ਆ ਮੇਰਾ ਭਾਈ ਜਾਨ। ਲਓ ਜੀ, ਪੰਜਿਆਂ ਦਾ ਸ਼ੌਂਕ ਕਰੋ, ਪਰੀਆਂ ਦਾ ਸ਼ੌਂਕ ਕਰੋ ਮੇਰਾ ਭਾਈ ਜਾਨ। ਲਓ ਜੀ, ਠੀਕ ਆ ਮੇਰਾ ਭਾਈ। ਲਓ ਚੁਸਾ, ਆਹ ਮੇਲ ਆ, ਆਹ ਫੀਮੇਲ ਆ, ਇਹਨੇ ਸਾਨੂੰ ਨਹੀਂ ਪਤਾ ਕਿਹਦੇ ਨਾਲ ਲੱਗ ਕੇ ਬੱਚੇ ਕੱਢੇ। ਮੇਲ ਨੂੰ ਚੁਸਾ ਬਚਪਨ 'ਚ ਹਲਕਾ ਜਿਹਾ ਅਟੈਕ ਆਇਆ ਸੀ, ਕਿਤੇ ਚੌਥੇ ਪੰਜਵੇਂ ਪਰਦਾ ਸੀ, ਇਹ ਦੂਸਰਾ ਧਾਗਾ ਸਾਫ ਕਰਨ ਦਿਆ, ਅਲਹਮਦੁਲਿਲਾ, ਠੀਕ ਆ। ਇਹਦੀ ਵਾਰੀ ਕੋਈ ਨਹੀਂ ਆਈ ਬਰੀਡ ਦੀ, ਸਿੰਪਲ ਜੀ ਗੱਲ ਆ ਚੁਸਾ, ਮੈਂ ਲਾਉਣੇ ਹੁੰਦੇ 1x1, ਮੈਂ ਸ਼ੌਂਕ ਨਹੀਂ ਕਰਦਾ ਹੈਗਾ ਦੂਸਰਾ ਖੁੱਡੇ ਦੇ ਵਿੱਚ ਵੀ ਸਾਰੇ ਇਕੱਠੇ, ਉਹ ਵੀ ਠੀਕ ਆ, ਮੇਰਾ ਸ਼ੌਂਕ ਤੁਹਾਨੂੰ ਪਤਾ ਸਾਰਾ 1x1 ਆ, ਪਰ ਪਤਾ ਨਹੀਂ ਲੱਗਦਾ ਹੈਗਾ ਵੀ ਇਹਨੂੰ ਬਚਪਨ 'ਚ ਝੋਲੇ ਦਾ ਅਟੈਕ ਆਇਆ ਸੀ ਜਾਂ ਨਹੀਂ ਸੀ ਆਇਆ, ਪਰ ਮੇਰਾ ਫਰਜ਼ ਬਣਦਾ ਆ, ਮੈਂ ਤੁਹਾਨੂੰ ਦੱਸਾਂ, ਠੀਕ ਆ ਚੁਸਾ। ਬਾਕੀ ਹਰ ਚੀਜ਼ ਦੀ ਮੇਰਾ ਭਾਈ ਗਰੰਟੀ। ਦੂਸਰੀ ਗੱਲ, ਇਹਦੇ ਬਿਲਕੁਲ ਮਜ਼ੇਦਾਰ, ਇਹਦੇ ਬਿਲਕੁਲ ਇੱਕ ਸੂਈ ਗੁਜ਼ਰ ਜਾਏਗੀ ਜੋੜ 'ਚ ਮੇਲ ਦੇ ਵਿੱਚ, ਠੀਕ ਆ। ਫੀਮੇਲ ਬੱਚੇ ਪਾਲਣ ਦੇ ਹੀ ਆ, ਇਹਦੇ ਇੱਕ ਸੂਈ ਵੀ ਗੁਜ਼ਰ ਜਾਵੇ ਜ਼ਿੰਮੇਦਾਰ ਆ, ਠੀਕ ਆ ਮੇਰਾ ਭਾਈ ਜਾਨ। ਆਹ ਦੇਖ ਲਓ ਚੁਸਾ, ਪੁੱਤਰ ਦੇ ਕਾਂਡੇ ਦੇਖ ਲਓ, ਇਹ ਘਰ ਦਾ ਪੱਠੀ ਪੱਠਾ, ਇਹਨਾਂ ਦੇ ਮਾਂ ਬਾਪ ਦਾ ਜਦੋਂ ਚਾਹੋ ਸ਼ੌਂਕ ਕਰੋ, ਅਲਹਮਦੁਲਿਲਾ ਕਾਬਕ 'ਚ ਲੱਗੇ ਨੇ, ਇਹਦਾ ਮਾਂ ਪਿਓ ਦਾ ਜਦੋਂ ਚਾਹੋ ਸ਼ੌਂਕ ਕਰ ਸਕਦੇ ਹੋ। ਜੇ ਵੀਡੀਓ ਚਾਹੀਦੀ ਹੋਈ, ਛਾਤੀਆਂ ਦੇਖ ਲਓ ਅਲਹਮਦੁਲਿਲਾ, ਪੁੱਤਰ ਦਾ ਸਾਇਜ਼ ਦੇਖ ਲਓ, ਫੀਮੇਲ ਦੇਖ ਲਓ,